ਬੀਤੇ ਦਿਨੀ ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਪਿੰਡ ਜਵਾਰੇਵਾਲਾ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਮਜ਼ਦੂਰ ਪਰਿਵਾਰ ਦੇ ਕਤਲ ਦੇ ਮਾਮਲੇ 'ਚ ਪੁਲਿਸ ਦੀ ਢਿੱਲੀ ਕਾਰਜਗੁਜ਼ਾਰੀ ਦੇ ਚੱਲਦਿਆਂ ਮ੍ਰਿਤਕ ਦੇ ਪਰਿਵਾਰ ਤੇ ਇਲਾਕੇ ਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਮੁਕਤਸਰ ਬਠਿੰਡਾ ਰੋਡ ਤੇ ਜਾਮ ਲਗਾ ਦਿੱਤਾ ਗਿਆ। ਧਰਨਾਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਰੇਬਾਜ਼ੀ ਕੀਤੀ। ਇਸ ਕਤਲਕਾਂਡ ਦੇ ਮੁੱਖ ਦੋਸ਼ੀਆਂ ਨੂੰ ਕਾਬੂ ਕਰਨ ਦੀ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ। ਇਸ ਮੌਕੇ ਮਜ਼ਦੂਰ ਆਗੂਆਂ ਨੇ ਮੰਗ ਕੀਤੀ ਕਿ ਜਦੋਂ ਤੱਕ ਵਾਰਦਾਤ 'ਚ ਸ਼ਾਮਿਲ ਸਾਰੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਮ੍ਰਿਤਕਾਂ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਗੱਲਬਾਤ ਜੀ, ਮੇਰਾ ਉਹਨਾਂ ਬੰਦਿਆਂ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ, ਕੋਈ ਮਸਲਾ ਨਹੀਂ ਗਾ। ਸਾਡੀ ਤਾਂ ਪਿੰਡ ਦੀ ਫਿਰਨੀ ਕਾਫੀ ਦੇਰ ਤੋਂ ਕੱਚੀ ਪਈ ਸੀ, ਜਿਹਨੂੰ ਇਹ ਬਰਨ ਨਹੀਂ ਦੇ ਰਹੇ ਸੀਗੇ। ਇਸ ਵਾਰੀ ਸਾਡਾ ਸਰਪੰਚ ਆਪਦਾ ਭਾਈਚਾਰਾ ਆਪਦੀ ਪੰਚਾਇਤ ਸੀ ਸਾਡੀ, ਅਸੀਂ ਉਹ ਨਰੇਗਾ ਦੀ ਲੇਬਰ ਲਾ ਕੇ ਫਿਰਨੀ ਬਣਾ ਰਹੇ ਸੀਗੇ ਜੀ। ਕਈ ਦਿਨਾਂ ਤੋਂ ਸਾਨੂੰ ਇਹ ਗੱਲਾਂ ਸੁਣਨ 'ਚ ਆਉਂਦੀਆਂ ਸੀ ਵੀ ਕਈ ਬੰਦੇ ਆ ਜਿਹੜੇ ਸਾਨੂੰ ਧਮਕੇ ਦਿੰਦੇ ਸੀ ਵੀ ਇਹ ਤੁਹਾਨੂੰ ਅਸੀਂ ਸਿਰੇ ਨਹੀਂ ਲਾਉਣ ਦੇਣੀ, ਅਸੀਂ ਤੁਹਾਨੂੰ ਸਿਰੇ ਨਹੀਂ ਲਾਉਣ ਦੇਣੀ, ਕਿਉਂਕਿ ਇਹਨਾਂ ਨੂੰ ਪਤਾ ਸੀ ਜੇ ਅਸੀਂ ਕੋਈ ਗਰੀਬ ਕੰਮ ਕਰਾਂਗੇ ਤਾਂ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਗਾ ਜੀ। ਇਹਨਾਂ ਨੇ ਉਸੇ ਦੀ ਰੰਜਿਸ਼ ਨਾਲ ਆਏ ਸਾਡੀ ਨਰੇਗਾ ਦੀ ਲੇਬਰ ਦੇ ਬੰਦੇ ਕੰਮ ਕਰੀ ਜਾਂਦੇ ਸੀ, ਮੇਰਾ ਪਰਿਵਾਰ ਵੀ ਲੱਗਿਆ ਸੀ, ਹੋਰ ਵੀ ਬੰਦੇ ਲੱਗੇ ਸੀ, ਪਰ ਇਹਨਾਂ ਨੇ ਪਤਾ ਸੀ ਵੀ ਉਹਨਾਂ ਜਿਹੜਾ ਨਰੇਗਾ ਦੇ ਲੇਬਰ ਦਾ ਕੰਮ ਸੀ ਉਹ ਮੈਂ ਕਰਵਾਉਂਦਾ ਸੀ, ਉਹਨਾਂ ਦੀ ਹਾਜ਼ਰੀਆਂ ਲਾਣੀਆਂ, ਬੰਦੇ ਤੋਂ ਕੰਮ ਦੱਸਣਾ, ਇਹਨਾਂ ਦਾ ਮੇਨ ਟਾਰਗੇਟ ਮੇਰਾ ਪਰਿਵਾਰ ਸੀਗਾ ਜੀ। ਇਹਨਾਂ ਨੇ ਉਹ ਖਤਮ ਕਰਤਾ ਮੇਰੇ ਪਰਿਵਾਰ ਨੂੰ ਜੀ। ਇਹ ਬੰਦੇ ਜਿਹੜੇ ਆਏ ਆ ਵੀਡੀਓ ਦੇ ਵਿੱਚ ਆਏ ਆ, ਇਹ ਸਾਰੇ 11-12 ਬੰਦੇ ਸੀਗੇ। ਕੁਝ ਬੰਦੇ ਜਿਹੜੇ ਨਾਲ ਨਹੀਂ ਸੀਗੇ ਉਹ ਪਹਿਲਾਂ ਸਾਨੂੰ ਧਮਕੀਆਂ ਵੀ ਦਿੰਦੇ ਹੁੰਦੇ ਸੀ ਕਿ ਅਸੀਂ ਬਈ ਤੁਹਾਨੂੰ ਇਹ ਰਾਹ ਨਹੀਂ ਲਾਉਣਾ, ਜਿਵੇਂ ਕਿ ਰਣਜੀਤ ਸਿੰਘ ਹੈਗਾ, ਕੁਝ ਹੋਰ ਬੰਦੇ ਹੈਗੇ ਆ, ਉਹ ਸਾਨੂੰ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਸਿਰੇ ਨਹੀਂ ਲਾਉਣ ਦੇਣਾ ਜੀ। ਉਹਦੇ 'ਚ ਇੱਕ ਦੁੱਗਾ ਸਿੰਘ ਸੀਗਾ ਜੀ, ਜਿਹਦੇ ਹੱਥ 'ਚ ਰਫਲ ਹੈਗੀ ਆ ਜੀ, ਇੱਕ ਪਲਵਿੰਦਰ ਸਿੰਘ ਸੀਗਾ ਜੀ, ਇੱਕ ਈਸ਼ਵਰ ਸਿੰਘ ਸੀਗਾ ਜੀ, ਇਹਨਾਂ ਦੇ ਹੱਥਾਂ 'ਚ ਅਸਲਾ ਸੀਗਾ। ਕੁਝ ਬੰਦੇ ਸੀਗੇ, ਇੱਕ ਗੁਲਜ਼ਾਰ ਸਿੰਘ ਸੀਗਾ ਜੀ, ਮੰਮੂ ਸਿੰਘ ਸੀਗਾ ਜੀ, ਇੱਕ ਅੰਗਰੇਜ਼ ਬਰਾੜ ਸੀਗਾ ਜੀ, ਅਤੇ ਇੱਕ ਸੀਪਾ ਸਿੰਘ ਸੀਗਾ ਜੀ, ਇੱਕ ਮੁੰਡਾ ਬਿੰਦੀ ਹੈ ਜੀ ਢਾਣੀ 'ਚੋਂ ਸਾਡੇ ਪਿੰਡੋਂ ਉਹ ਸੀਗਾ ਜੀ, ਅਤੇ ਕੁਝ ਕੁ ਬੰਦੇ ਹੋਰ ਹੈ ਜੀ, ਈਸ਼ਵਰ ਸੀਗਾ ਜੀ, ਇੱਕ ਹੋਰ ਬੰਦੇ ਸੀਗੇ ਜਿਹੜੇ ਕੁਝਾਂ ਦੇ ਮੂੰਹ ਮਾਂ ਢੱਕੇ ਸੀਗੇ ਜੀ, ਉਹ ਸਾਰੇ ਬੰਦੇ ਸੀਗੇ ਜਿਨ੍ਹਾਂ ਨੇ ਸਾਡੇ 'ਤੇ ਇੰਨੀਆਂ ਵਾਰਦਾਤਾਂ ਕੀਤੀਆਂ, ਸਾਡੀ ਇੱਕ ਨਹੀਂ ਸੁਣੀ ਜੀ, ਚੁੱਪ ਚਾਪ ਫਾਇਰਿੰਗ ਸ਼ੁਰੂ ਕਰਤੀ, ਤਾੜ ਤਾੜ ਜੀ, ਬਸ ਸਾਰਾ ਪਰਿਵਾਰ ਮੇਰਾ ਖਤਮ ਕਰਤਾ ਉਹਨਾਂ ਬੰਦਿਆਂ ਨੇ ਜੀ। ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿਓ ਜੀ, ਕਿਉਂਕਿ ਮੇਰੀ ਕੋਈ ਜਾਤੀ ਦੁਸ਼ਮਣੀ ਨਹੀਂ, ਮੈਂ ਤਾਂ ਗਰੀਬਾਂ ਦੇ ਕੰਮ ਕਰਵਾਉਂਦਾ ਸੀਗਾ ਜੀ। ਅਸੀਂ ਜੀ ਜਿਹੜੀਆਂ ਸਾਡੀਆਂ ਡਿਮਾਂਡਸ ਆ ਉਹ ਰੱਖੀਆਂ ਸੀ ਕਿ ਜਿਹੜੇ ਬੰਦੇ ਨਾਮਜ਼ਦ ਹੋਣੇ ਚਾਹੀਦੇ ਆ ਉਹ ਨਾਮਜ਼ਦ ਕਰੋ ਪਰਚੇ ਦੇ ਵਿੱਚ, ਅਤੇ ਸਾਰੇ ਦੇ ਸਾਰੇ ਦੋਸ਼ੀ ਆ ਉਹ ਤੁਰੰਤ ਉਹਨਾਂ ਨੂੰ ਗ੍ਰਿਫਤਾਰ ਕਰੋ, ਔਰ ਜਿਹੜਾ ਪਰਿਵਾਰ ਨੂੰ ਯੋਗ ਮੁਆਵਜ਼ਾ ਦਿਓ। ਔਰ ਤੀਜੀ ਜਿਹੜੀ ਡਿਮਾਂਡ ਆ ਸਾਡੀ ਕਿ ਪਰਿਵਾਰ ਨੂੰ ਇੱਕ ਨੂੰ ਸਰਕਾਰੀ ਨੌਕਰੀ ਅਤੇ 50-50 ਲੱਖ ਰੁਪਈਆ ਜਿਹੜੇ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਨੂੰ, ਅਤੇ ਜਿਹੜੇ ਜ਼ਖਮੀ ਹੋਏ ਆ 25-25 ਲੱਖ ਰੁਪਈਆ ਉਹਨਾਂ ਨੂੰ ਮੁਆਵਜ਼ਾ ਦਿਓ। ਅਤੇ ਸਾਡੀ ਜਿਹੜੀ ਇਹ ਵੀ ਮੰਗ ਆ ਕਿ ਅਸਲਾ ਜਿਹੜਾ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਜਾਂ ਹੋਰ ਵੀ ਜਿਨ੍ਹਾਂ ਨੂੰ ਪਿੰਡ 'ਚੋਂ ਖਤਰਾ ਪਰਿਵਾਰ ਨੂੰ, ਉਹਨਾਂ ਦਾ ਅਸਲਾ ਤੁਰੰਤ ਜਿਹੜੀ ਪੁਲਿਸ ਆ ਜ਼ਬਤ ਕਰੇ ਔਰ ਉਹਨਾਂ ਦੇ ਅਸਲਾ ਲਾਇਸੈਂਸ ਰੱਦ ਕੀਤੇ ਜਾਣ। ਇਹ ਅਸੀਂ ਜਿਹੜੀ ਮੰਗ ਆ ਜੀ ਉਹ ਰੱਖੀ ਹੈ। ਔਰ ਇਹਦੇ 'ਤੇ SSP ਸਾਹਿਬ ਨੇ, ਮਨਜੀਤ ਸਿੰਘ ਢੇਸੀ, ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਇਹ ਕਰ ਲਾਂਗੇ, ਪਰ ਸਾਨੂੰ ਯਕੀਨ ਨਹੀਂ ਆ ਰਿਹਾ। ਦੇਖੋ, ਜਿਹੜਾ ਇਹ ਜਵਾਰੇ ਵਾਲੇ ਪਿੰਡ ਦੇ ਵਿੱਚ ਬੜੀ ਇੱਕ ਦੁਖਦਾਈ ਘਟਨਾ ਹੋਈ ਆ, ਜਿਹਦੇ ਵਿੱਚ ਗੋਲੀਆਂ ਚੱਲਣ ਦੇ ਨਾਲ 2 ਬੰਦਿਆਂ ਦੀ ਮੌਕੇ 'ਤੇ ਮੌਤ ਹੋ ਗਈ ਸੀਗੀ, ਤਾਂ 2 ਜਿਹੜੇ ਆ ਉਹ ਜ਼ਖਮੀ ਹੈਗੇ ਆ। ਮਰਨ ਵਾਲਿਆਂ ਦੇ ਵਿੱਚ ਇੱਕ ਔਰਤ ਵੀ ਹੈਗੀ ਆ। ਜਿਹੜਾ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਜਿਹੜੀਆਂ ਬੋਡੀਆਂ ਦਾ ਪੋਸਟਮਾਰਟਮ ਕਰਾਉਣਾ ਸੀਗਾ, ਅਤੇ ਉਹ ਪੋਸਟਮਾਰਟਮ ਜਦੋਂ ਕਰਾਉਣ ਦੌਰਾਨ ਇਹਨਾਂ ਨੇ ਆਪਣੀਆਂ ਕੋਈ ਡਿਮਾਂਡਸ ਰੱਖੀਆਂ, ਜੇ ਇਸ ਸੰਬੰਧ 'ਚ ਇਹਨਾਂ ਧਰਨਾ ਲਾਇਆ ਹੈਗਾ, ਉਹ ਜਿਹੜੀਆਂ ਡਿਮਾਂਡਸ ਅੱਜ SSP ਸਾਹਿਬ ਨੇ ਇਹਨਾਂ ਦੀਆਂ ਸਾਰੀਆਂ ਉਹ ਸੁਣ ਲਈਆਂ ਹੈਗੀਆਂ। ਉਹ ਅਸੀਂ ਹੁਣ ਅੱਗੇ ਪ੍ਰਸ਼ਾਸਨ ਨੂੰ ਜਿਹੜੀਆਂ ਹੈ ਇਹਨਾਂ ਦੀਆਂ ਕੇਸ ਬਣਾ ਕੇ ਉਹ ਭੇਜ ਦੇਵਾਂਗੇ। ਅਤੇ ਇਸ ਸੰਬੰਧ ਜਿਹੜਾ ਸਿਟੀ ਸਦਰ ਮੁਕਤਸਰ ਵਿੱਚ ਪਰਚਾ ਦਰਜ ਹੋਇਆ ਵਾ, 84 ਨੰਬਰ FIR 302, 307, 148, 149, 120B ਆਰਮਸ ਐਕਟ 'ਤੇ ਅਤੇ SC ਐਕਟ ਦੇ ਨਾਲ। ਉਹ 'ਚ 2 ਦੋਸ਼ੀ ਜਿਹੜੇ ਆ ਉਹ ਅਸੀਂ ਅਰੈਸਟ ਕਰ ਲਿਆ, ਵਿਦ ਵੈਪਨ ਜਿਹੜੇ ਰਿਕਵਰ ਹੋ ਗਏ, ਜਿਹੜੇ ਮੌਕੇ 'ਤੇ ਵੈਪਨ ਚੱਲੇ ਸੀਗੇ। ਅਤੇ ਜਿਹੜੇ ਇਹਨਾਂ ਵੱਲੋਂ ਲਿਖਵਾਏ ਗਏ FIR 'ਚ 11 ਦੋਸ਼ੀ ਆ, ਉਹਨਾਂ ਨੂੰ ਅਸੀਂ ਜਿਹੜੀਆਂ ਟੀਮਾਂ ਸਾਡੀਆਂ ਭਾਲ ਕਰ ਰਹੀਆਂ, ਜਲਦੀ ਅਰੈਸਟ ਕਰ ਲਿਆ ਜਾਊਗਾ।